संत फतेह सिंह अते अगनकुंड। वाहिगुरू जी का खालसा, वाहिगुरू जी की फतेह। सन 1947 भारत पाकिस्तान की वंड पिछों सिख लीडर आजाद भारत में अपनी हैसियत का एहसास होया कि जमहूरी धर्म निरपक्ष होने वाली सरकार चलाने वाले के दिलों में कट्टर आरिया समाजियों का कितना प्रभाव है, जो सिखां की वक्री होंद ਅਤੇ ਹਸਤੀ ਨੂੰ ਸਹਿਣ ਨਹੀਂ ਕਰ ਸਕਦਾ। ਜਦੋਂ ਸ਼੍ਰੋਮਣੀ ਅਕਾਲੀ ਦਲ ਨੇ ਸੰਵਿਧਾਨਕ ਅਧਿਕਾਰਾਂ ਤਹਿਤ ਪੰਜਾਬੀ ਸੂਬੇ ਦੀ ਮੰਗ ਕੀਤੀ, ਉਦੋਂ ਤੋਂ ਹੀ ਹਿੰਦੂ ਫਿਰਕਾ ਪ੍ਰਸਤ ਤਾਕਤਾਂ ਨੇ ਇਸ ਦੀ ਵਿਰੋਧਤਾ ਕਰਨੀ ਸ਼ੁਰੂ ਕਰ ਦਿੱਤੀ। ਕੇਂਦਰ ਦੀ ਕਾਂਗਰਸ ਸਰਕਾਰ ਵੀ ਅਜਿਹੀ ਮੰਗ ਦੀ ਵਿਰੋਧਤਾ ਕਰਦੀ ਰਹੀ। ਕੇਂਦਰੀ ਅਤੇ ਰਾਜ ਦੀ ਸਰਕਾਰ ਨੇ ਪੰਜਾਬੀ ਸੂਬਾ ਜਿੰਦਾਬਾਦ ਦਾ ਨਾਅਰਾ ਲਗਾਉਣ 'ਤੇ ਪਾਬੰਦੀ ਲਾ ਦਿੱਤੀ ਅਤੇ ਸ਼੍ਰੋਮਣੀ ਅਕਾਲੀ ਦਲ ਵੱਲੋਂ ਪੰਜਾਬੀ ਸੂਬਾ ਮੋਰਚਾ ਆਰੰਭ ਕਰ ਦਿੱਤਾ ਗਿਆ, ਜਿਸ ਵਿੱਚ 56,000 ਦੇ ਕਰੀਬ ਸਿੰਘ ਜੇਲ੍ਹਾਂ ਵਿੱਚ ਬੰਦ ਕਰ ਦਿੱਤੇ ਗਏ। ਸਮੇਂ ਅਨੁਸਾਰ ਸਰਕਾਰ ਨਾਲ ਗੱਲਬਾਤ ਚੱਲਦੀ ਰਹੀ ਅਤੇ ਮੋਰਚਿਆਂ ਰਾਹੀਂ ਜੇਲ੍ਹਾਂ ਵੀ ਭਰੀਆਂ ਜਾਂਦੀਆਂ ਰਹੀਆਂ। ਕੇਂਦਰ ਸਰਕਾਰ ਨੂੰ ਮਜਬੂਰਨ ਇਹ ਮੰਗ ਮੰਨਣੀ ਪਈ, ਪਰ ਉਸ ਨੇ ਪੰਜਾਬ ਨੂੰ 3 ਰਾਜਾਂ ਵਿੱਚ ਵੰਡ ਦਿੱਤਾ, ਪੰਜਾਬ, ਹਰਿਆਣਾ ਅਤੇ ਹਿਮਾਚਲ। ਚੰਡੀਗੜ੍ਹ ਨੂੰ ਕੇਂਦਰ ਸ਼ਾਸਿਤ ਇਲਾਕਾ ਬਣਾ ਦਿੱਤਾ। ਬਹੁਤ ਸਾਰੇ ਪੰਜਾਬੀ ਬੋਲਦੇ ਇਲਾਕੇ ਇਸ ਵਿੱਚੋਂ ਕੱਢ ਦਿੱਤੇ ਗਏ। ਇਸ ਤਰ੍ਹਾਂ 1 ਨਵੰਬਰ 1966 ਨੂੰ ਮੌਜੂਦਾ ਪੰਜਾਬ ਹੋਂਦ ਵਿੱਚ ਆਇਆ। ਇਸ ਦੇ ਸੰਬੰਧ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੰਤ ਫਤਿਹ ਸਿੰਘ ਜੀ ਨੇ ਕਿਹਾ ਸੀ ਕਿ ਸਰਕਾਰ ਨੇ ਪੰਜਾਬੀ ਸੂਬੇ ਦੀ ਖੀਰ ਪਰੋਸ ਕੇ ਸਾਂਝੀਆਂ ਕੜੀਆਂ ਲਾ ਕੇ ਪੰਜਾਬੀ ਇਲਾਕੇ ਇਸ ਤੋਂ ਵਿਛੋੜ ਕੇ ਉੱਤੇ ਸਵਾਹ ਪਾ ਦਿੱਤੀ ਹੈ, ਜੋ ਬਰਦਾਸ਼ਤ ਨਹੀਂ ਕੀਤੀ ਜਾ ਸਕਦੀ। ਇਸ ਕਰਕੇ ਉਸ ਨੇ 5 ਦਸੰਬਰ 1966 ਨੂੰ ਐਲਾਨ ਕੀਤਾ ਕਿ ਜਦ ਤੱਕ ਪੰਜਾਬੀ ਬੋਲਦੇ ਇਲਾਕੇ ਜੋ ਪੰਜਾਬ ਤੋਂ ਵਿਛੋੜੇ ਗਏ ਹਨ, ਹਰਿਆਣਾ ਰਾਜ ਨਾਲ ਰੱਖੀਆਂ ਗਈਆਂ ਸਾਂਝੀਆਂ ਕੜੀਆਂ ਤੋੜੀਆਂ ਨਹੀਂ ਜਾਂਦੀਆਂ ਅਤੇ ਚੰਡੀਗੜ੍ਹ ਪੰਜਾਬ ਨੂੰ ਨਹੀਂ ਦਿੱਤਾ ਜਾਂਦਾ, ਤਾਂ ਉਹ 17 ਦਸੰਬਰ 1966 ਨੂੰ ਭੁੱਖ ਹੜਤਾਲ ਕਰਨਗੇ ਅਤੇ 27 ਦਸੰਬਰ ਨੂੰ ਸੜ ਮਰਨਗੇ। ਇਸ ਐਲਾਨ ਦੇ ਨਾਲ ਹੀ ਸੰਤ ਚੰਨਣ ਸਿੰਘ ਜੀ, ਜਥੇਦਾਰ ਜੀਵਨ ਸਿੰਘ ਉਮਰਾ ਨੰਗਲ, ਜਥੇਦਾਰ ਦਲੀਪ ਸਿੰਘ ਤਲਵੰਡੀ, ਜਥੇਦਾਰ ਮਲ ਸਿੰਘ ਚੜਿੱਕ ਅਤੇ ਜਥੇਦਾਰ ਪ੍ਰੀਤਮ ਸਿੰਘ ਗੁਜਰਾਂ ਨੇ ਐਲਾਨ ਕੀਤਾ ਕਿ ਜੇਕਰ ਉਪਰੋਕਤ ਮੰਗਾਂ ਨਾ ਮੰਨੀਆਂ ਗਈਆਂ ਤਾਂ ਉਹ ਸਾਰੇ 1 ਦਿਨ ਪਹਿਲਾਂ ਹੀ ਭਾਵ 26 ਦਸੰਬਰ ਨੂੰ ਸੜ ਮਰਨਗੇ। ਇਹ ਫੈਸਲਾ ਸੰਤ ਫਤਿਹ ਸਿੰਘ ਦੀ ਕਾਲਪਿਕ ਸ਼ਹਾਦਤ ਤੋਂ ਪਹਿਲਾਂ ਸਰਕਾਰ ਉੱਪਰ ਦਬਾਅ ਪਾਉਣ ਲਈ ਕੀਤਾ ਗਿਆ ਲੱਗਦਾ ਸੀ। ਅਗਨਕੁੰਡ ਡਰਾਮਾ। ਐਲਾਨ ਕਰਨ ਤੋਂ ਪਹਿਲਾਂ ਇਹ ਸਾਰੇ ਲੀਡਰ ਸ੍ਰੀ ਅਕਾਲ ਤਖਤ ਸਾਹਿਬ ਨਾਲ ਲੱਗਦੀ ਰਿਹਾਇਸ਼ੀ ਇਮਾਰਤ ਵਿੱਚ ਚਲੇ ਗਏ। ਇਸ ਇਮਾਰਤ ਦਾ 1 ਦਰਵਾਜ਼ਾ ਮੁਨਿਆਰਿਆਂ ਵਾਲੇ ਬਾਜ਼ਾਰ ਵੱਲ ਸੀ ਅਤੇ ਦੂਸਰਾ ਸ੍ਰੀ ਅਕਾਲ ਤਖਤ ਸਾਹਿਬ ਦੀ ਦੂਸਰੀ ਮੰਜ਼ਿਲ ਵੱਲ ਸੀ। ਇਸ ਮਕਾਨ ਦੀ ਉੱਪਰਲੀ ਛੱਤ 'ਤੇ ਤਖਤ ਸਾਹਿਬ ਦੀ ਇਮਾਰਤ ਨਾਲ ਸੰਤ ਫਤਿਹ ਸਿੰਘ ਜੀ ਦੀ ਮਨਸ਼ਾ ਅਨੁਸਾਰ ਅਗਨਕੁੰਡ ਤਿਆਰ ਕਰਵਾਇਆ ਗਿਆ। ਮਾਸਟਰ ਤਾਰਾ ਸਿੰਘ ਗਰੁੱਪ ਦੇ ਅਕਾਲੀ ਦਲ ਨੇ ਇਸ ਅਗਨਕੁੰਡ ਨੂੰ ਸ੍ਰੀ ਅਕਾਲ ਤਖਤ ਸਾਹਿਬ ਦੀ ਬੇਹੁਰਮਤੀ ਕਰਾਰ ਦਿੱਤਾ, ਪਰ ਸੰਤ ਚੰਨਣ ਸਿੰਘ ਜੀ, ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਅਗਨਕੁੰਡ ਰਿਹਾਇਸ਼ੀ ਇਮਾਰਤ 'ਤੇ ਬਣਿਆ ਹੋਣ ਕਰਕੇ ਇਸ ਵਿਰੋਧ ਦਾ ਖੰਡਨ ਕੀਤਾ। ਪ੍ਰਧਾਨ ਸਾਹਿਬ ਦੇ ਨੇੜਲੇ ਵਿਸ਼ਵਾਸ ਪਾਤਰਾਂ ਵਿੱਚ ਹੋਣ ਕਰਕੇ ਪਰਕਰਮਾ ਅੰਦਰਲੇ ਪ੍ਰਬੰਧਾਂ ਅਤੇ ਮੋਰਚੇ ਨਾਲ ਸੰਬੰਧਿਤ ਕੰਮਾਂ ਦੀ ਪੂਰਤੀ ਲਈ ਮੇਰੀ ਡਿਊਟੀ ਲਾਈ ਗਈ ਸੀ। ਇਸ ਗੱਲ ਦਾ ਹਰ ਸਮੇਂ ਖਦਸ਼ਾ ਸੀ ਕਿ ਸਰਕਾਰ ਕਿਸੇ ਸਮੇਂ ਪੁਲਿਸ ਰਾਹੀਂ ਕਾਰਵਾਈ ਕਰਕੇ ਮੋਰਚੇ ਨਾਲ ਸੰਬੰਧਿਤ ਲੀਡਰਾਂ ਨੂੰ ਗ੍ਰਿਫਤਾਰ ਕਰ ਸਕਦੀ ਸੀ। ਇਸ ਲਈ ਹਰ ਨਾਕੇ 'ਤੇ ਪਹਿਰੇ ਦਾ ਕਰੜਾ ਪ੍ਰਬੰਧ ਸੀ, ਜਿਸ ਵਿੱਚ ਸ੍ਰੀ ਦਰਬਾਰ ਸਾਹਿਬ ਦੇ ਮੁਲਾਜ਼ਮਾਂ ਤੋਂ ਛੁੱਟ ਅਕਾਲੀ ਦਲ ਦੇ ਵਰਕਰ ਵੀ ਸ਼ਾਮਲ ਸਨ। ਪ੍ਰਬੰਧਾਂ ਦੀ ਜਾਣਕਾਰੀ ਅਤੇ ਹੋਰ ਹਦਾਇਤਾਂ ਲੈਣ ਲਈ ਮੈਨੂੰ ਦਿਨ ਵਿੱਚ ਕਈ ਵਾਰ ਸੰਤ ਚੰਨਣ ਸਿੰਘ ਜੀ ਪ੍ਰਧਾਨ ਸਾਹਿਬ ਵੱਲ ਆਉਣਾ ਜਾਣਾ ਪੈਂਦਾ ਸੀ, ਜਿੱਥੇ ਮਲ ਸਿੰਘ ਚੜਿੱਕ ਅਤੇ ਜਥੇਦਾਰ ਦਲੀਪ ਸਿੰਘ ਤਲਵੰਡੀ ਨੂੰ ਸ਼ੂਗਰ ਦੇ ਪੀੜਿਤ ਹੋਣ ਕਰਕੇ ਪੈਰਾਂ 'ਤੇ ਜ਼ਖਮ ਵੀ ਸਨ ਅਤੇ ਖਾਂਸੀ, ਦਮਾ ਆਦਿ ਦੀ ਸ਼ਿਕਾਇਤ ਹੋਣ ਕਰਕੇ ਉਹਨਾਂ ਦੀ ਡਾਕਟਰੀ ਸਹਾਇਤਾ ਲਈ ਰੋਜ਼ਾਨਾ ਹੀ ਡਾਕਟਰ ਸਾਹਿਬ ਨੂੰ ਨਾਲ ਲੈ ਕੇ ਜਾਣਾ ਵੀ ਮੇਰੇ ਜ਼ਿੰਮੇ ਸੀ। ਉਸ ਸਮੇਂ ਹਾਜ਼ਰ ਕਈ ਲੀਡਰਾਂ ਨੇ ਇਹਨਾਂ ਨੂੰ ਮਜ਼ਾਕ ਕਰਨਾ ਕਿ ਜਦੋਂ ਉਹਨਾਂ ਸ਼ਹੀਦ ਹੀ ਹੋ ਜਾਣਾ ਹੈ ਤਾਂ ਇਲਾਜ ਦੀ ਕੀ ਲੋੜ ਸੀ। ਅੱਗੋਂ ਉਹਨਾਂ ਵੀ ਹਾਸੇ ਮਜ਼ਾਕ ਰਾਹੀਂ ਉੱਤਰ ਦੇਣਾ
कि की ओ उना नू मरन तो पहला तसीहे भी देना चाहते हैं। विरोधी तेरा इस नू इना दी कमजोरी प्रचार दिया सन। इस मोर्चे कारण पंजाब च डर ते सहम दे बदल छा गए सन, क्योंकि केंद्र सरकार झुकण दे रौ विच नहीं सी दिस रही। संत फतेह सिंह दी शहादत दी सूरत विच भयानक नतीजे निकल सकते सन। कथित महाशा अखबारां दे प्रचार करके कई हिंदुआं ने अपने कारोबार समेटने शुरू कर दिते सन। उधार लैण देण बंद कर दिता, जिस नाल बाजारां दी रौनक खत्म हो चुकी सी। इस तरह लगदा जिवें करफ्यू लगा होया होवे। उस समय देश दीआं कई प्रभावशाली शख्सियतां विचोलगिरी विच वी सरगर्म सन, परंतु कोई हां पक्खी गल नज़र नहीं सी आ रही। भाई प्यारा सिंह ढोलन सेवादार, जो प्रधान साहब की सेवा विच हर समय हाजिर रहिंदा सी, 25 दसंबर की शाम नू बड़ी उदासी की हालत विच मेरे पास आया। मैं कारण पुछया तो उसने रोंदियां होया दसिया कि प्रधान साहब ने माचिस की डब्बी मंगी है। वह सवेरे 26 दसंबर नू सब तो पहला शहादत देना चाहते हैं। मेरा हौसला जवाब दे गया है, तुसी जाके माचिस की डब्बी दे आओ। सुन के मैं भी उदास हो गया, पर दिल ते पत्थर रख के मैं डब्बी लैके प्रधान साहब पास पहुंच गया। संत जी दे चेहरे ते उदासी दा कोई चिन्ह नहीं सी, जिस करके मेरे मन नूं हौसला मिलिया। माचिस फड़ाउंदिया मेरे मूहों पता नहीं किवें निकल गया अते कहा कि हौसला तां नहीं सी पैंदा, पर आप जी दे प्राण अते हुक्म करके मजबूरी है। संत चन्नण सिंह जी ने गंभीरता नाल कहा, जिस प्यारे सिंह ने तिस आगे मर चलीए। बाकी चारा बारे तो मैं कुछ नहीं कह सकता, परंतु संत चन्नण सिंह जी अपनी शहादत बारे गंभीर सन। उन्हें अगले दिन लई चौकसी वरतन की हदायत करदिया रात दे पहरे लई हालात नूं संभाली रखण लई कहा। मैं सत्कार वजो उन्हां दे गोडियां नूं हाथ लगा के वापस परत आया। इस रात 10 बजे दे करीब मैं सेवादार नूं नाल लैके परिक्रमा विच चक्कर लाया अते गेटां ते पहरेदारां बारे तसल्ली कीती जो ठीक सी। श्री अकाल तख्त साहिब दे सामने भाई प्यारा सिंह सेवादार मेरे वल हसदा होया आ रहा सी। मैं हैरानी नाल कारण पुछया तां पता लगा कि 26 दसंबर दा मरन वरत दा प्रोग्राम रोक लिया गया है, क्योंकि सवेरे प्रधानमंत्री दा कोई नुमाइंदा सुनेहा लैके आ रहा है। 26 दसंबर 1966 नूं श्रोमणी अकाली दल दी वर्किंग कमेटी दी मीटिंग सवेर तो ही जारी सी। यह खबर आम सी कि सरदार हुकम सिंह स्पीकर लोक सभा सवेरे 11 बजे हवाई जहाज राही श्री अमृतसर पहुँच रहे हैं, जो प्रधानमंत्री वालों मंगा मनण की जानकारी संत फतेह सिंह जी नूं देंगे। शहर विच पुलिस वालों सुरक्षा के करड़े प्रबंध हैं। सारे कारोबारी अदारे ਅਤੇ ਬਾਜ਼ਾਰ ਬੰਦ ਸਨ, ਜਿਵੇਂ ਅਣ ਐਲਾਨਿਆ ਕਰਫਿਊ ਸੀ। 10 ਵਜੇ ਅਕਾਲੀ ਦਲ ਦੇ ਵਰਕਰ, ਜੋ ਜ਼ਿਆਦਾਤਰ ਮਾਲਵੇ ਦੇ ਸਨ ਅਤੇ ਅੰਮ੍ਰਿਤਸਰ ਸ਼ਹਿਰ ਦੇ ਸ਼ਹਿਰੀ, ਸਿੱਖ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਾਹਮਣੇ ਪੰਡਾਲ ਵਿੱਚ ਇਕੱਠੇ ਹੋ ਰਹੇ ਸਨ। ਸਾਰਾ ਪੰਡਾਲ 11 ਵਜੇ ਤੀਕ ਭਰ ਗਿਆ ਅਤੇ ਸਾਰਿਆਂ ਦਾ ਧਿਆਨ ਆਸਮਾਨ ਵੱਲ ਹਵਾਈ ਜਹਾਜ਼ ਦੀ ਆਵਾਜ਼ ਸੁਣਨ ਵੱਲ ਸੀ। ਜਹਾਜ਼ ਲੇਟ ਸੀ, ਜਿਸ ਕਰਕੇ ਸਾਰਿਆਂ ਦੇ ਦਿਲਾਂ ਦੀਆਂ ਧੜਕਣਾਂ ਤੇਜ਼ ਹੋ ਰਹੀਆਂ ਸਨ। 1 ਵਜੇ ਦੇ ਕਰੀਬ ਸਰਦਾਰ ਹੁਕਮ ਸਿੰਘ ਸਿੱਧੇ ਸੰਤ ਫਤਿਹ ਸਿੰਘ ਜੀ ਪਾਸ ਸ੍ਰੀ ਅਕਾਲ ਤਖ਼ਤ ਸਾਹਿਬ ਤੇ ਪੁੱਜ ਗਏ। ਉੱਥੇ ਸਾਡੇ ਸਾਰੇ ਸੇਵਾਦਾਰ ਵੀ ਹਾਜ਼ਰ ਸਨ। ਯਾਤਰੀਆਂ ਲਈ ਮੱਥਾ ਟੇਕਣ ਲਈ ਜਾਣ ਲਈ ਰਸਤਾ ਵੀ ਲਗਭਗ ਬੰਦ ਵਰਗਾ ਹੀ ਸੀ। ਪ੍ਰਧਾਨ ਸਾਹਿਬ, ਸ਼੍ਰੋਮਣੀ ਕਮੇਟੀ ਅਤੇ ਉਹਨਾਂ ਦੇ ਪੀਏ ਸਰਦਾਰ ਮੇਜਰ ਸਿੰਘ ਉੱਬੋ ਕੇ ਮੇਰੇ ਨਾਲ ਸਨ। ਅਸੀਂ ਦਫ਼ਤਰੀ ਅਧਿਕਾਰੀ ਦਰਸ਼ਨੀ ਡਿਊੜੀ ਤੇ ਚਲੇ ਗਏ ਤਾਂ ਕਿ ਸਾਰੇ ਪਾਸੇ ਧਿਆਨ ਰੱਖਿਆ ਜਾ ਸਕੇ। ਘੰਟਿਆਂ ਬੱਧੀ ਵਿਚਾਰ ਵਟਾਂਦਰਾ ਚੱਲਦਾ ਰਿਹਾ, ਹਾਲਾਤ ਚੰਗੇ ਨਜ਼ਰ ਨਹੀਂ ਸਨ ਆ ਰਹੇ। ਆਖਰ ਵਰਕਿੰਗ ਕਮੇਟੀ ਦੇ ਮੈਂਬਰ ਸਰਦਾਰ ਹੁਕਮ ਸਿੰਘ ਨਾਲ ਹੇਠਾਂ ਉਤਰੇ ਅਤੇ ਜਾਣਕਾਰੀ ਦਿੱਤੀ ਕਿ ਸਪੀਕਰ ਸਾਹਿਬ ਨੇ ਮੰਗਾਂ ਤੇ ਵਿਚਾਰ ਕਰਨ ਲਈ ਭਰੋਸਾ ਦਿੱਤਾ ਹੈ। ਉਹਨਾਂ ਵੱਲੋਂ ਦਿਵਾਏ ਵਿਸ਼ਵਾਸ ਦੀ ਰੋਸ਼ਨੀ ਵਿੱਚ ਸ਼੍ਰੋਮਣੀ ਅਕਾਲੀ ਦਲ ਦੀ ਵਰਕਿੰਗ ਕਮੇਟੀ ਨੇ ਸੰਤ ਫਤਿਹ ਸਿੰਘ ਜੀ ਦਾ ਮਰਨ ਵਰਤ ਖਤਮ ਕਰਨ ਦਾ ਫੈਸਲਾ ਕੀਤਾ ਹੈ। ਸੰਗਤਾਂ ਨੇ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਦੇ ਨਾਅਰੇ ਲਾਉਣੇ ਸ਼ੁਰੂ ਕਰ ਦਿੱਤੇ। ਪਰਿਕਰਮਾ ਵਿੱਚ ਦਰਸ਼ਨੀ ਡਿਊੜੀ ਦੇ ਲਾਗੇ
जथेदार मनजीत सिंह तरन तारनी कुछ कु साथियों नाल बैठे सी जो मास्टर तारा सिंह दे अकाली दल नाल संबंधित सन। इन्हां ने नारा लाया कि सानू ये भरोसा मंजूर नहीं। मालवे दे पेंडू लोग उन्हां दे लागे बैठे हुए सन। उन्हां ने बिना सोचे इन्हां दी हमायत विच नारे लाउणे शुरू कर दिते सन। मैं सरदार मेजर सिंह उबोके दा ध्यान इन्हां वल दवाया, कहा कि गल विगड़ रही है, इसलिए इन्हां नूं रोकना चाहीदा है। असीं तुरंत हेठां आए ਅਤੇ ਪਹਿਲਾਂ ਜਥੇਦਾਰ ਮਨਜੀਤ ਸਿੰਘ ਦੇ ਗਰੁੱਪ ਨੂੰ ਉੱਥੋਂ ਭਜਾਇਆ, ਫਿਰ ਬਾਕੀ ਵਰਕਰਾਂ ਨੂੰ ਸਮਝਾਇਆ, ਇਹ ਤਾਂ ਸੰਤ ਜੀ ਨੂੰ ਮਰਵਾਉਣ ਲਈ ਨਾਰੇ ਲਾ ਰਹੇ ਹਨ। ਜਦੋਂ ਉਹਨਾਂ ਨੂੰ ਸਮਝ ਆਈ ਤਾਂ ਉਹ ਜਥੇਦਾਰ ਮਨਜੀਤ ਸਿੰਘ ਤੇ ਉਸ ਦੇ ਸਾਥੀਆਂ ਦੇ ਮਗਰ ਉਹਨਾਂ ਨੂੰ ਮਾਰਨ ਲਈ ਦੌੜ ਪਏ, ਪਰ ਸੇਵਾਦਾਰਾਂ ਨੇ ਸਮੇਂ ਨੂੰ ਸੰਭਾਲਦਿਆਂ ਉਹਨਾਂ ਦੀ ਪਰਿਕਰਮਾ ਵਿੱਚੋਂ ਨਿਕਲ ਜਾਣ ਲਈ ਸਹਾਇਤਾ ਕੀਤੀ। ਬੇਸ਼ੱਕ ਪੰਜਾਬ ਵੱਡੇ ਦੁਖਾਂ ਤੋਂ ਬਚ ਗਿਆ ਸੀ, ਪਰੰਤੂ ਇਸ ਫੈਸਲੇ ਨਾਲ अकाली वर्करां विच संतुष्टी दी झलक नज़र नहीं सी आ रही। वह अपने आप नूं ठग्या महसूस कर रहे सन। मरन वरत छड्डण अते श्री अकाल तख्त साहिब नाल बने अगनकुंड दी चर्चा जोरां ते सी कि चोण कमिशन ने पंजाब विच असैंबली चोणां दा ऐलान कर दिता अते इसे तरह सारियां धिरां विधानसभा चोणां विच रुझ गईआं। कुछ समय बाद श्रीमती इंदिरा गांधी ने सरदार हुकम सिंह नूं अपना एलची मनण तों वी टाला वट लिया। इतिहास विच अगन कुंडा वाली इह घटना संत फतेह सिंह दी बुजदली वजों जानी गई है। संत फतेह सिंह वल्लों श्री अकाल तख्त साहिब ते रचाए गए अगन कुंड नाटक दौरान तरन तारन जिले नाल संबंधित जथेदार मोहन सिंह तोड़वी काले वस्त्र पा के कई दिनों तो अपनी तीन फुटी कृपान हाथ विच फड़ के दर्शनी ड्योड़ी तो भी कु कदम दूर अपने कुछ साथियों नाल डेरे लाई बैठे कह रहे सन कि जेकर साध हेठां जिंदा आ गया तां उह उसनूं इत्थे अपने हथीं सोधा लाउणगे। इस तो पता लगदा है उदों सिख जगत संत फतेह सिंह दे उस कदम नूं पसंद नहीं करदा सी। लेखक कुलवंत सिंह, साबका सकत्तर श्रोमणी गुरद्वारा प्रबंधक कमेटी श्री अमृतसर। आवाज भाई गुरजंट सिंह रूपोवाली। वाहिगुरु जी का खालसा, वाहिगुरु जी की फतेह।